सत श्री अकाल जी, तुसी वेख रहे हो पंजाब मेल यूएसए टीवी। इलैक्शनस हो गई 20 फरवरी, धूड़ बहुत उड्डी सी जिहड़ी हुण धूड़ बह गई आ, पर कहिंदे ने इस धूड़ दे विच बहुत जाने लिबड़ गए ते शुरू हो गई लबेड़ो दी राजनीति। लबेड़ो मतलब कौन किन्ना लिबड़िया होया। ओ सारियां गतिविधियां जो नहीं होनियां चाहीदियां आदर्शक चोण जाबते दे विच, ओ सारियां हो रहियां ने, जिहनूं असीं कहिंदे आ करप्शन, सियासी भ्रष्टाचार। तुहाडा बहुत बहुत स्वागत करदे हां पंजाब चर्चा दे विच। मैं संजीव यश खन्ना लै के हाजिर प्रोग्राम पंजाब चर्चा, ते साडे नाल मौजूद ने इस वक्त स्टूडियोज़ दे विच पॉलिटिकल एनालिस्ट श्री पवनदीप शर्मा जी। वेलकम टू द शो सर। हाँ जी, पंजाब यूएसए मेल टीवी देख रहे तमाम दर्शकों को मेरी प्यार भरी सत श्री अकाल। सत श्री अकाल जी। पवन जी, कहिंदे ने कि डाढे दा सत्ती वी सौ हुंदा, ये अक्सर पंजाब दे विच अखाण पाई जाती है, तो राजनीति दे विच भी कहिंदे ने अजिहा चलदा। तुहाडा की एक्सपीरियंस रहा कि जो आदर्शक चोण जापता है जिन्हां गल्लां दी मनाही हुंदी है वह सारियां प्रैक्टिस चलदियां रहियां ने, ते असी गल करदे हां कि करप्शन फ्री सिस्टम चाहीदा, बदलाव चाहीदा, पर जे चोणां दी राजनीति दे विच ही करप्शन चलदी पई आ तां इह सियासी आगू किवें सानूं करप्शन फ्री सिस्टम दे सकदे ने? देखो, बड़ा इंपॉर्टेंट और रेलेवेंट क्वेश्चन तुसी कीता हैगा। जदों पंजाब दे विच एक मॉडल कोड ऑफ कंडक्ट जदों लग गया, चोण जाबता लग गया, जिहनूं असीं आदर्श चोण जाबता कहिंदे हैगे, उहदे जिहड़ा बेसिक मीनिंग हुंदा आ, बुनियादी उहदा मतलब हुंदा है कि किस तरह चोणां जिहड़ियां बड़े रूल्स एंड रेगुलेशन नाल फ्री एंड फेयर जिहड़ियां करवाइयां जाण इलैक्शन कमीशन ऑफ इंडिया वल्लों, और किस तरह सारे मापदंड निर्धारित कीते जाण जिन्हां नूं उहनां दी इंस्ट्रक्शनस डायरेक्शन जिहड़ियां ਉਹ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਮੰਨਣੀਆਂ ਹੁੰਦੀਆਂ ਔਰ ਉਸੇ ਹੀ ਲੀਹ ਦੇ ਉੱਤੇ ਚੱਲਣਾ ਹੁੰਦਾ। ਸੋ ਇਲੈਕਸ਼ਨ ਕਮਿਸ਼ਨ ਦਾ ਇਹ ਕੰਮ ਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਇਹ ਬਿਆਨ ਕੀਤਾ ਹੈ ਕਿ ਬਹੁਤ ਸਾਰੀਆਂ ਕਰਪਸ਼ਨ ਔਰ ਇਲ ਪ੍ਰੈਕਟਿਸਿਸ ਜਿਹੜੀਆਂ ਸਮੇਂ ਸਮੇਂ ਦੇ ਵਿੱਚ ਚੋਣਾਂ ਦੇ ਵਿੱਚ ਚੱਲੀਆਂ ਹੈਗੀਆਂ, ਉਹ ਬਿਲਕੁਲ ਤੁਹਾਡੀ ਠੀਕ ਗੱਲ ਹੈਗੀ ਆ ਸੰਜੀਵ ਜੀ, ਬੜਾ ਇੰਪੋਰਟੈਂਟ ਔਰ ਰੈਲੀਵੈਂਟ ਗੱਲ ਹੈਗੀ ਆ। ਇਹ ਜ਼ਰੂਰ ਸਾਨੂੰ ਸਮਝਣਾ ਚਾਹੀਦਾ ਕਿ ਇਲੈਕਸ਼ਨ ਕਮਿਸ਼ਨ ਕੋਲ ਸਪੈਸ਼ਲ ਪਾਵਰਸ ਤੇ ਹੁੰਦੀਆਂ ਨੇ, ਪਰ ਕਦੀ ਵੀ ਉਹਨਾਂ ਕੋਲ ਐਬਸੋਲਿਊਟ ਪਾਵਰਸ ਨਹੀਂ ਰਹੀਆਂ ਜੀ। ਬਹੁਤ ਫੈਕਟਰ ਬੜੀਆਂ ਗੱਲਾਂ ਨਿਰਧਾਰਿਤ ਕਰ ਸਕਦੇ ਆ, ਡਾਇਰੈਕਟ ਕਰ ਸਕਦੇ ਆ, ਸੁਪਰਵਾਈਜ਼ ਕਰ ਸਕਦੇ ਇਲੈਕਸ਼ਨਸ ਨੂੰ, ਕੈਂਡੀਡੇਟਸ ਨੂੰ, ਪਰ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਐਬਸੋਲਿਊਟ ਪਾਵਰ ਨਹੀਂ ਹੁੰਦੀ। ਔਰ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਵਾਰੀ ਪੰਜਾਬ ਦੇ ਵਿੱਚ ਵੀ, ਪੰਜਾਬ ਤੋਂ ਬਾਹਰ ਵੀ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਈ ਵਾਰ ਜਿਹੜਾ ਆ ਉਹ ਜੇ ਉਹਨਾਂ ਨੇ ਕੋਈ ਇੱਕ ਡਾਇਰੈਕਸ਼ਨ ਜਿਹੜੀ ਆ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਕੈਂਡੀਡੇਟ ਤੇ, ਕਿਸੇ ਪਾਰਟੀ ਤੇ, ਪਰ ਉਸਦੇ ਬਾਵਜੂਦ ਜਦੋਂ ਫਿਰ ਅਗਲਾ ਧਿਰ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਆਉਂਦੀ ਆ ਤੇ ਬਹੁਤ ਸਾਰੀਆਂ ਇਲੈਕਸ਼ਨ ਕਮਿਸ਼ਨ ਦੀਆਂ ਗੱਲਾਂ ਜਿਹੜੀਆਂ ਨਲ ਐਂਡ ਵੋਇਡ ਜਿਹੜੀਆਂ ਉਹ ਬਹੁਤ ਵਾਰੀ ਜਿਹੜੀਆਂ ਹੁੰਦੀਆਂ ਸਾਡੇ ਸਾਹਮਣੇ ਆਈਆਂ। ਜੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਅਰਾਊਂਡ 2009 ਦੇ ਕਰੀਬ ਕਰੀਬ ਵੀ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਇੱਦਾਂ ਦੀ ਐਪਲੀਕੇਸ਼ਨ ਵੀ ਗਈ ਸੀ, ਪਲੀ ਗਈ ਸੀ, ਪਬਲਿਕ ਇੰਟਰਸਟ ਲਿਟੀਗੇਸ਼ਨ ਗਈ ਸੀ, ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਚੋਣਾਂ ਤੋਂ ਪਹਿਲਾਂ ਚੋਣ ਨਤੀਜੇ ਜਿਹੜੇ ਆ ਵੱਖ ਵੱਖ ਮੀਡੀਆ ਪਲੈਟਫਾਰਮਸ ਵੱਲੋਂ ਜਿਹੜੇ ਉਹ ਦੱਸੇ ਜਾਂਦੇ ਆ, ਸਰਵੇਸ ਦੱਸੇ ਜਾਂਦੇ ਆ ਕਿ ਕਿਹਦੀ ਸਰਕਾਰ ਬਣੇਗੀ, ਕਿਹਦੀ ਨਹੀਂ ਬਣੇਗੀ। ਇਲੈਕਸ਼ਨ ਕਮਿਸ਼ਨ ਨੇ ਵੀ ਸਖ਼ਤ ਨੋਟਿਸ ਲਿਆ ਉਹਦੀ ਚੀਜ਼ ਦੇ ਉੱਤੇ, ਉਸਨੂੰ ਰੋਕਣ ਲਈ ਉਹਨਾਂ ਨੇ ਬਹੁਤ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਜਾਰੀ ਕੀਤੀਆਂ, ਪਰ ਫਿਰ ਸੁਪਰੀਮ ਕੋਰਟ ਨੇ ਆਉਣ ਵਾਲੇ ਉਸ ਸਮੇਂ ਦੇ ਵਿੱਚ ਉਹ ਸਾਰੀ ਚੀਜ਼ਾਂ ਨੂੰ ਨਲ ਐਂਡ ਵੋਇਡ ਜਿਹੜਾ ਉਹ ਘੋਸ਼ਿਤ ਕਰ ਦਿੱਤਾ, ਔਰ ਫਿਰ ਉਹ ਚੈਨਲ ਜਿਹੜੇ ਉਸੇ ਹੀ ਰਾਹ ਦੇ ਉੱਤੇ ਦੁਬਾਰਾ ਚੱਲ ਪਏ। ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਸਾਰੀਆਂ ਇੱਦਾਂ ਦੀਆਂ ਹਦਾਇਤਾਂ ਹੁੰਦੀਆਂ ਜਿਨ੍ਹਾਂ ਨੂੰ ਚੈਲੰਜ ਵੀ ਕੀਤਾ ਜਾਂਦਾ, ਔਰ ਆਰਟੀਕਲ 324 ਸਪੈਸ਼ਲ ਪਾਵਰਸ ਜਿਹੜੀਆਂ ਹੁੰਦੀਆਂ ਇਲੈਕਸ਼ਨ ਕਮਿਸ਼ਨ ਕੋਲ ਹੁੰਦੀਆਂ, ਜਿਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਨਾ ਹੁੰਦਾ ਇਲੈਕਸ਼ਨ ਨੂੰ, ਸੁਪਰੀਟੈਂਡੈਂਸ ਦੇਣੀ ਹੁੰਦੀ ਹੈ ਇਲੈਕਸ਼ਨ ਨੂੰ, ਔਰ ਬਹੁਤ ਸਾਰੀਆਂ ਹੋਰ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕੈਂਡੀਡੇਟਸ ਨੂੰ ਔਰ ਇਲੈਕਸ਼ਨ ਕਰਾਉਣ ਦੇ ਵੇਲੇ ਜਿਹੜੀਆਂ ਨਿਰਧਾਰਿਤ ਔਰ ਜਾਰੀ ਕਰਨੀਆਂ ਹੁੰਦੀਆਂ। ਪਰ ਮੈਂ ਫਿਰ ਉਹੀ ਅਰਜ਼ ਕਰ ਦਵਾਂ, ਜਿੱਥੇ ਉਹਨਾਂ ਕੋਲ ਸਪੈਸ਼ਲ ਪਾਵਰਸ ਬਹੁਤ ਸਾਰੀਆਂ ਹੈਗੀਆਂ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਕੋਲ ਬਹੁਤ ਸਾਰੀਆਂ ਕੋਈ ਐਬਸੋਲਿਊਟ ਪਾਵਰ ਹੈਗੀਆਂ। ਔਰ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਚੋਣਾਂ ਦੇ ਦੌਰਾਨ ਹਾਈਐਸਟ ਇੱਕ ਅਥਾਰਿਟੀ ਬਣ ਜਾਂਦੀ ਹੈਗੀ ਆ ਇਲੈਕਸ਼ਨ ਕਰਵਾਉਣ ਦੇ ਵਿੱਚ, ਫਿਰ ਜਿੱਥੇ ਜਿੱਥੇ ਉਹਨਾਂ ਦਾ ਜੋ ਜੋ ਯੋਗਦਾਨ ਹੁੰਦਾ ਆ, ਇਲੈਕਸ਼ਨ ਕਿਸ ਤਰ੍ਹਾਂ ਫ੍ਰੀ ਐਂਡ ਫੇਅਰ ਹੋਵੇ, ਕਿਸ ਤਰ੍ਹਾਂ ਜਿਹੜਾ ਵੀ ਕੋਡ ਆਫ ਕੰਡਕਟ ਹੈਗਾ ਕਿਹਨੂੰ ਅੱਛੇ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ, ਉਹ ਸਾਰੀਆਂ ਚੀਜ਼ਾਂ ਤੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਰੱਖਣਾ ਹੁੰਦਾ, ਚਾਹੇ ਚੁਣਾਵੀ ਖਰਚੇ ਦੀ ਗੱਲ ਹੋਵੇ, ਚਾਹੇ ਹੋਰਡਿੰਗਸ ਦੀ ਗੱਲ ਹੋਵੇ, ਚਾਹੇ ਚੁਣਾਵੀ ਲੀਡਰਾਂ ਦੇ ਵਿੱਚ ਖੜਨ ਵਾਲਿਆਂ ਦੀ ਦਫ਼ਤਰਾਂ ਦੀ ਗੱਲ ਹੋਵੇ, ਖਰਚੇ ਦੀ ਗੱਲ ਹੋਵੇ, ਔਰ ਕਿਸ ਤਰ੍ਹਾਂ ਸਾਰੀਆਂ ਇਲ ਪ੍ਰੈਕਟਿਸਿਸ ਨੂੰ ਰੋਕਣਾ, ਜੋ ਕਿ ਜ਼ਮੀਨੀ ਪੱਧਰ ਦੇ ਉੱਤੇ ਅਮਲ ਦਰਾਮਦ ਉਹਦਾ ਪੂਰੀ ਤਰ੍ਹਾਂ ਸਾਨੂੰ ਅੱਜ ਵੀ ਸਮਝ ਆ ਰਿਹਾ ਕਿ ਨਹੀਂ ਹੋ ਪਾਉਂਦਾ। ਇਲੈਕਸ਼ਨ ਕਮਿਸ਼ਨ ਕੋਲ ਫੈਂਕਸ ਤਾਂ ਹੁੰਦੇ ਨੇ, ਜਿਵੇਂ ਕਿਹਾ ਜਾਂਦਾ ਨਾ, ਕਈ ਵਾਰੀ ਮੈਂ
ਸਰਲ ਸ਼ਬਦਾਂ ਦੇ ਵਿੱਚ ਕਹਾਂ ਕਿ ਹਾਥੀ ਦੇ ਦੰਦ ਖਾਣ ਲਈ ਹੋਰ ਦਿਖਾਉਣ ਲਈ ਹੋਰ ਹੁੰਦੇ ਆ। ਇਸੇ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਬਹੁਤ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਉਹ ਕਰਦਾ ਹੈਗਾ, ਸਮੇਂ ਸਮੇਂ ਦੇ ਉੱਤੇ ਮੁਕੱਦਮੇ ਵੀ ਦਰਜ ਕਰਦਾ ਬਹੁਤ ਸਾਰੇ ਕੈਂਡੀਡੇਟਸ ਤੇ ਜਾਂ ਪੋਲੀਟੀਕਲੀ ਵਿਚਰਨ ਵਾਲੇ। ਸਮਾਂ ਹੁੰਦਾ ਜਦੋਂ ਚੋਣਾਂ ਬੀਤਦੀਆਂ ਨੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਸੰਜੀਵ ਜੀ ਠੰਡੇ ਬਸਤੇ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ। ਇਸ ਕਰਕੇ ਇਲੈਕਸ਼ਨ ਕਮਿਸ਼ਨ ਦਾ ਜਿੱਥੇ ਡਰ ਜ਼ਰੂਰ ਹੁੰਦਾ ਆ ਜਿਹੜੇ ਪੋਲੀਟੀਕਲ ਕੈਂਡੀਡੇਟਸ ਹੁੰਦੇ, ਪਰ ਜੇ ਅਸੀਂ ਕਹੀਏ ਸੰਪੂਰਨ ਤੌਰ ਤੇ ਉਹਨਾਂ ਦੀ ਹਰ ਗੱਲ ਨੂੰ ਮੰਨਿਆ ਜਾਂਦਾ, ਇਹ ਕਿਤੇ ਵੀ ਸਾਨੂੰ ਦੇਖਣ ਨੂੰ ਅਜੇ ਤੱਕ ਨਹੀਂ ਮਿਲਿਆ। ਅਸੀਂ ਦੁਨੀਆ ਦੇ ਸਾਹਮਣੇ ਕਹਿੰਦੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ, ਪਰ ਜੇ ਅਸੀਂ ਕਹੀਏ ਕਿ ਇਹ ਸਭ ਕੁਝ ਹੁੰਦਾ ਹੀ ਨਹੀਂ, ਫਿਰ ਵੀ ਇਹ ਗਲਤੀ ਹੋਏਗੀ, ਕਿਉਂਕਿ ਸਾਨੂੰ ਰਿਪੋਰਟਾਂ ਮਿਲਦੀਆਂ ਨੇ ਕਿ ਵਾਈਨ ਵੀ ਮੰਡੀ ਜਾਂਦੀ ਆ, ਪੈਸੇ ਵੀ ਵੰਡੇ ਜਾਂਦੇ ਆ, ਪਾਵਰ ਵੀ ਦਿਖਾਈ ਜਾਂਦੀ ਆ, ਬਹੁਤ ਕੁਝ ਅਜਿਹਾ ਹੁੰਦਾ। ਅਤੇ ਲੋਕਾਂ ਦੀ ਇਹ ਸੋਚ ਵੀ ਬਣੀ ਹੋਈ ਹੈ ਕਿ ਲੈ ਲਓ ਜਿਹੜੇ ਫਾਇਦੇ ਮਿਲਦੇ ਨੇ ਇਹਨਾਂ ਕੋਲੋਂ, ਅਤੇ ਫਿਰ ਵੋਟ ਤਾਂ ਅਸੀਂ ਆਪਣੀ ਮਰਜ਼ੀ ਨਾਲ ਜਿੱਧਰ ਪਾਉਣੀ ਹੈ ਉੱਧਰ ਪਾਉਣੀ ਹੋਈ ਹੈ। ਰੂਲਸ ਕੁਝ ਕਹਿੰਦੇ ਨੇ, ਬੁੱਕ ਕੁਝ ਕਹਿੰਦੀ ਹੈ, ਪਰ ਪ੍ਰੈਕਟਿਸ ਕਿਸੇ ਹੋਰ ਚੀਜ਼ ਦੀ ਹੁੰਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਜੋ ਹੈ ਇੱਕ ਟੁੱਥਲੈਸ ਟਾਈਗਰ ਹੈ, ਇੱਕ ਐਸਾ ਸ਼ੇਰ ਜਿਹਦੇ ਦੰਦ ਨਹੀਂ ਹੈਗੇ? ਬਿਲਕੁਲ ਸਹੀ ਗੱਲ ਹੈਗੀ ਆ, ਮੈਂ ਅੱਗੇ ਵੀ ਇਹ ਗੱਲ ਅਰਜ਼ ਕੀਤੀ ਹੈਗੀ ਆ ਕਿ ਉਹਨਾਂ ਕੋਲ ਸਪੈਸ਼ਲ ਪਾਵਰਸ ਤਾਂ ਹੁੰਦੀਆਂ ਪਰ ਐਬਸੋਲਿਊਟ ਪਾਵਰਸ ਨਹੀਂ ਹੁੰਦੀਆਂ। ਇਸ ਕਰਕੇ ਜਿਹੜਾ ਸਪੈਸ਼ਲੀ ਇੰਡੀਆ ਦਾ ਮਾਹੌਲ ਹੈਗਾ ਇਹਦੇ ਵਿੱਚ ਚੋਣਾਂ ਲੜਨੀਆਂ ਸਰਮਾਏਦਾਰਾਂ ਦਾ ਕੰਮ ਹੈਗਾ, ਬਹੁਤ ਵੱਡਾ ਇਸਦੇ ਵਿੱਚ ਧਨ ਦੀ ਲੋੜ ਹੁੰਦੀ, ਪੈਸਿਆਂ ਦੀ ਲੋੜ ਹੁੰਦੀ ਆ, ਸਾਮ ਦਾਮ ਦੰਡ ਭੇਦ ਦੀ ਲੋੜ ਹੁੰਦੀ ਹੈ, ਬਾਹੂਬਲੀ ਲੋਕਾਂ ਦੀ ਲੋੜ ਹੁੰਦੀ ਆ। ਕਿਤੇ ਸ਼ਰਾਬ ਮਾਫੀਆ ਆਪਣਾ ਬੜੀ ਵੱਡੀ ਕਾਰਜਕਾਰੀ ਚੋਣਾਂ ਦੇ ਦੌਰਾਨ ਦਿਖਾਉਂਦਾ ਹੈਗਾ, ਕਿਤੇ ਪੈਸੇ ਵੰਡੇ ਜਾਂਦੇ ਆ, ਲਾਲਚ ਲੋਭ ਮੋਹ ਹਰ ਤਰੀਕਾ ਜਿਹੜਾ ਆ ਲੋਕਾਂ ਨੂੰ ਵੋਟਰਾਂ ਨੂੰ ਭਰਮਾਉਣ ਦੇ ਲਈ ਕੈਂਡੀਡੇਟਸ ਵੱਲੋਂ ਦਿੱਤਾ ਜਾਂਦਾ। ਔਰ ਇਲੈਕਸ਼ਨ ਕਮਿਸ਼ਨ ਦੀ ਇਹ ਮੋਰਲ ਡਿਊਟੀ ਹੁੰਦੀ ਆ, ਐਥੀਕਲ ਡਿਊਟੀ ਹੁੰਦੀ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ 'ਤੇ ਨਜ਼ਰ ਹੀ ਨਾ ਰੱਖੇ, ਉਹਨਾਂ ਨੂੰ ਰੋਕੇ ਵੀ, ਔਰ ਜਿਹੜੇ ਇੱਦਾਂ ਦੇ ਕੈਂਡੀਡੇਟਸ ਹੋਣ ਜਿਹੜੇ ਇੱਦਾਂ ਦੇ ਲੋਕ ਹੋਣ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰੇ। ਪਰ ਜਿਹੜੇ ਸਮੇਂ ਸਮੇਂ ਦੇ ਵਿੱਚ ਇਸ ਸਿਨੈਰੀਓ ਦੇ ਵਿੱਚ ਜਦੋਂ ਮੁਕੱਦਮੇ ਦਰਜ ਹੁੰਦੇ, ਮੈਂ ਅੱਗੇ ਹੀ ਅਰਜ਼ ਕੀਤਾ ਕਿ ਫਿਰ ਉਹ ਚੋਣਾਂ ਬੀਤਣ ਤੋਂ ਬਾਅਦ ਅਕਸਰ ਹੀ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਜਾਂਦੇ ਆ। ਔਰ ਤੁਸੀਂ ਇੱਕ ਬੜੀ ਇੰਪੋਰਟੈਂਟ ਮੈਂ ਤੁਹਾਡੇ ਧਿਆਨ ਦੇ ਵਿੱਚ ਗੱਲ ਲਿਆਵਾਂ ਕਿ ਜਿਵੇਂ ਵੋਟਿੰਗ ਲਿਸਟ ਵੀ ਹੈਗੀਆਂ, ਇਸ ਵਾਰ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਡਬਲ ਵੋਟਸ ਜਿਹੜੀਆਂ, ਕਿਸੇ ਨੇ ਐਡਰੈਸ ਚੇਂਜ ਕੀਤਾ, ਕਿਸੇ ਨੇ ਆਪਣੀ ਲੋਕੇਸ਼ਨ ਬਦਲੀ, ਕਿਸੇ ਨੇ ਕੋਈ ਚੀਜ਼ ਕੀਤੀ, ਤੇ ਡਬਲ ਵੋਟਸ ਦੀ ਵੀ ਭਰਮਾਰ ਸੀਗੀ ਬੜੀ ਵੱਡੀ ਤਾਦਾਦ ਦੇ ਵਿੱਚ। ਕਿਉਂਕਿ ਜੇ ਕਿਸੇ ਦੀ ਡੈਥ ਹੋ ਗਈ ਤਾਂ ਡਿਲੀਟ ਨਹੀਂ ਕੀਤੀ ਗਈ ਵੋਟ, ਜੇ ਕਿਸੇ ਦੀ ਸ਼ਾਦੀ ਹੋ ਜਾਂਦੀ ਹੈ ਕਿਸੇ ਹੋਰ ਇਲਾਕੇ ਦੇ ਵਿੱਚ ਉਹਦੀ ਜਿਹੜੀ ਹੈ ਵੋਟ ਡਿਲੀਟ ਨਹੀਂ ਕੀਤੀ ਗਈ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਵੱਡੀ ਨਜ਼ਰ ਪੈਣੀ, ਨਜ਼ਰ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਰੱਖਣ ਦੀ ਲੋੜ ਹੁੰਦੀ ਹੈ। ਜ਼ਰੂਰ ਤੁਹਾਡੀ ਗੱਲ ਠੀਕ ਹੈਗੀ ਆ ਕਿ ਕਮੀ ਜਿਹੜੀ ਆ ਹਮੇਸ਼ਾ ਰਹਿ ਜਾਂਦੀ ਹੈਗੀ ਆ, ਇਲੈਕਸ਼ਨ ਕਮਿਸ਼ਨ ਦੀ ਜਿਹੜੀ ਕਾਰਜਕਾਰੀ ਹੈਗੀ ਆ ਉਹ ਕਿਤੇ ਨਾ ਕਿਤੇ ਫਿਰ ਜਿਹੜੀ ਹਲਕੀ ਫੁਲਕੀ ਫਿੱਕੀ ਪੈਂਦੀ ਜਿਹੜੀ ਨਜ਼ਰ ਆਉਂਦੀ ਹੈਗੀ ਆਮ ਲੋਕਾਂ ਨੂੰ। ਔਰ ਆਮ ਲੋਕ ਵੀ ਇਸ ਚੀਜ਼ ਵੱਲ ਕਈ ਵਾਰੀ ਉਹਨਾਂ ਦੇ ਅੰਦਰ ਵੀ ਜਾਗਰੂਕਤਾ ਦੀ ਘਾਟ ਹੁੰਦੀ ਹੈ, ਜਿਵੇਂ ਸੀ ਵਿਜਿਲ ਇੱਕ ਐਪਲੀਕੇਸ਼ਨ ਵੀ ਸਾਨੂੰ ਮਿਲੀ ਸੀ ਕਿ ਜਿੱਥੇ ਵੀ ਕਿਤੇ ਕੋਈ ਏਦਾਂ ਦੀ ਗਤੀਵਿਧੀ ਜਿਹੜੀ ਕਿ ਪਬਲਿਕ ਵਿਰੋਧੀ ਹੋਵੇ ਜਾਂ ਚੋਣ ਜ਼ਾਬਤੇ ਦੇ ਅਨੁਕੂਲ ਨਾ ਹੋਵੇ ਜੀ, ਵੜਦੇ ਹੋਣ ਜਾਂ ਜ਼ਿਆਦਾ ਇਕੱਠ ਕਰਕੇ ਰੈਲੀ ਕਰਦੇ ਹੋਣ ਜਿਹੜੇ ਕੋਵਿਡ ਪ੍ਰੋਟੋਕੋਲ ਸੀਗੇ ਇਸ ਵਾਰੀ ਇਲੈਕਸ਼ਨਸ ਦੇ, ਜਾਂ ਕੋਈ ਅਨ ਅਧਿਕਾਰਿਕ ਜਾਂ ਬਿਨਾਂ ਕਿਸੇ ਇਜਾਜ਼ਤ ਤੋਂ ਕੋਈ ਰੋਡ ਸ਼ੋਅ ਕਰ ਰਹੇ ਹੋਣ ਤੇ ਉਸ ਦੀ ਫੋਟੋਗ੍ਰਾਫਸ ਲੈ ਕੇ ਜਾਂ ਵੀਡੀਓ ਲੈ ਕੇ ਉਹ ਸੀ ਵਿਜਿਲ ਐਪ ਤੇ ਅਪਲੋਡ ਕਰਨੀ ਬਣਦੀ ਸੀ। ਲੋਕਾਂ ਨੂੰ ਵੀ ਆਪਣੀ ਜਾਗਰੂਕਤਾ, ਸੰਜੀਵ ਜੀ ਰੂਲਸ ਬਣਾਏ ਜਾਂਦੇ ਆ ਲੋਕਾਂ ਦੇ ਲਈ, ਲੋਕਾਂ ਦੇ ਵਾਸਤੇ, ਔਰ ਕੋਈ ਵੀ ਰੂਲ ਜਦੋਂ ਬਣਦਾ ਹੈਗਾ ਉਹ ਬਣਨ ਤੋਂ ਬਾਅਦ ਉਹਦੀ ਅਮਲ ਦਰਾਮਦ ਉਦੋਂ ਹੀ ਹੁੰਦੀ ਹੈਗੀ ਜਦੋਂ ਆਮ ਜਨਤਾ, ਆਮ ਪਬਲਿਕ ਜਿਹੜੀ ਉਨੀ ਅਵੇਅਰ ਹੋ ਜਾਏ, ਆਮ ਜਨਤਾ ਵੀ ਉਸਦੇ ਵਿੱਚ ਉਸਨੂੰ ਪੂਰਾ ਲਾਗੂ ਕਰਾਉਣ ਦੇ ਵਿੱਚ ਆਪਣੀ ਹਿੱਸੇਦਾਰੀ ਪਾਵੇ। ਕਿਉਂਕਿ ਕਦੀ ਵੀ ਚੋਣ ਅਧਿਕਾਰੀ, ਦੇਖੋ ਹਰ ਵਾਰੀ ਕਿਹਾ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਇੰਪਲੀਮੈਂਟੇਸ਼ਨ ਆਫ ਲਾਅ ਜਿਹੜੀ ਆ ਉਹ ਗਲਤ ਹੈਗੀ ਆ, ਪਰ ਇਹ ਤੁਸੀਂ ਹਮੇਸ਼ਾ ਮੇਰੀ ਬੜੀ ਇੰਪੋਰਟੈਂਟ ਗੱਲ ਮੈਂ ਅਰਜ਼ ਕਰਨ ਲੱਗਾ ਕਿ ਸਾਡੇ ਜਿਹੜੀ ਹਕੂਮਤ ਹੁੰਦੀ ਹੈ ਉਦਾਂ ਦੀ ਹੁੰਦੀ ਆ ਜਿੱਦਾਂ ਦੇ ਸਾਡੇ ਲੋਕਾਂ ਦੇ ਅਮਲ ਹੁੰਦੇ ਆ। ਜੇ ਅਸੀਂ ਆਪਣੀ ਗੱਲ ਤੇ ਅਵੇਅਰ ਨਹੀਂ, ਆਪਣੇ ਹੱਕ ਨਹੀਂ ਮੰਗਦੇ, ਅਸੀਂ ਅੱਛੀ ਗੱਲ ਲਈ ਆਵਾਜ਼ ਨਹੀਂ ਉਠਾ ਸਕਦੇ, ਅਸੀਂ ਕੁਐਸਚਨ ਨਹੀਂ ਕਰ ਸਕਦੇ, ਅਸੀਂ ਸਾਇੰਟੀਫਿਕ ਟੈਂਪਰਾਮੈਂਟ ਨਹੀਂ ਰੱਖ ਸਕਦੇ, ਅੱਜ ਵੀ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਫਿਰਦੇ ਹਾਂ 21ਵੀਂ ਸਦੀ ਦੇ ਵਿੱਚ। ਪੰਜਾਬ ਦੇ ਵਿੱਚੋਂ ਜਾਤ ਪਾਤ ਕਿਤੇ ਨਹੀਂ ਗਈ ਅਜੇ ਤੱਕ, ਲੋਕ ਚੰਦ ਤਾਰਿਆਂ ਦੇ ਪਹੁੰਚ ਗਏ ਆ ਤੇ ਅਸੀਂ ਜਾਤ ਪਾਤ ਦੇ ਵਿੱਚ ਹੀ ਫਸੇ ਪਏ ਹਾਂ। ਲੋਕ ਗੁੱਟਬਾਜ਼ੀ ਕਰਦੇ ਆ, ਪਾਰਟੀਬਾਜ਼ੀ ਕਰਦੇ ਆ, ਲੋਕ ਜਾਤਾਂ ਦੇ ਆਧਾਰ ਤੇ ਵੋਟਿੰਗ ਕਰਦੇ ਆ। ਸੋ ਇਹ ਗੱਲਾਂ ਤੋਂ ਉੱਪਰ ਉੱਠ ਕੇ ਕਾਨੂੰਨ ਨੂੰ ਮੰਨਣ ਵਾਲਿਆਂ ਦੀ ਜਿਹੜੀ ਬਹੁਤ ਕਮੀ ਹੈਗੀ ਆ ਸਾਡੇ ਸੂਬੇ ਦੇ ਵਿੱਚ ਵੀ, ਸਾਡੇ ਦੇਸ਼ ਦੇ ਵਿੱਚ ਵੀ। ਸੋ ਆਲ ਇਨ ਆਲ ਜਿਹੜੀ ਅਸੀਂ ਗੱਲ ਕੀਤੀ ਆ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਸਮੇਂ ਸਮੇਂ ਸਿਰ ਸਾਨੂੰ ਵੇਖਣ ਨੂੰ ਮਿਲਦੀਆਂ, ਉਹਨਾਂ ਦੀ ਵੀ ਪੂਰਤੀ ਹੋਣੀ ਚਾਹੀਦੀ ਆ, ਉਹਨਾਂ ਦੇ ਉੱਤੇ ਵੀ ਚੰਗਾ ਅਮਲ ਦਰਾਮਦ ਹੋਣਾ ਚਾਹੀਦਾ, ਉਹ ਰੂਲਸ ਐਂਡ ਰੈਗੂਲੇਸ਼ਨ ਵੀ ਫੋਲੋ ਕਰਨੇ ਚਾਹੀਦੇ ਆ।
ਤਾਂ ਕਿ ਆਉਣ ਵਾਲੀਆਂ ਚੋਣਾਂ ਵੀ ਜਿਹੜੀਆਂ ਉਹ ਬੜੀਆਂ ਫਰੀ ਐਂਡ ਫੇਅਰ ਹੋ ਸਕਣ, ਲੋਕ ਕਿਸੇ ਵੀ ਭੇਦਭਾਵ ਤੋਂ, ਜਾਤੀ ਤੋਂ ਜਾਂ ਹੋਰ ਕੋਈ ਲਾਲਚ ਲੁਭਾਵਨੇ ਵਾਅਦਿਆਂ ਤੋਂ, ਸੁਭਾਵਨੇ ਵਾਅਦਿਆਂ ਤੋਂ, ਕਿਸੇ ਲਾਲਚ ਤੋਂ, ਕਿਸੇ ਡਰ ਤੋਂ ਉੱਪਰ ਉੱਠ ਕੇ ਜਿਹੜਾ ਉਹ ਇੱਕ ਚੰਗੇ ਕੈਂਡੀਡੇਟ ਨੂੰ ਵੋਟ ਕਰ ਸਕਣ। ਸੋ ਆਲ ਇਨ ਆਲ ਜਿੱਥੇ ਇਲੈਕਸ਼ਨ ਕਮਿਸ਼ਨ ਦੀਆਂ ਵੀ ਬਹੁਤ ਸਾਰੀਆਂ ਖਾਮੀਆਂ ਸਾਨੂੰ ਸਮਾਜ ਦੇ ਵਿੱਚ ਵੇਖਣ ਨੂੰ ਮਿਲਦੀਆਂ, ਉੱਥੇ ਆਮ ਲੋਕਾਂ ਨੂੰ ਵੀ ਉਨੀ ਜਾਗਰੂਕਤਾ ਜਿਹੜੀ ਆ ਇਹਨਾਂ ਵਿਸ਼ਿਆਂ ਦੇ ਉੱਤੇ ਰੱਖਣੀ ਚਾਹੀਦੀ। ਜੀ, ਗੱਲ ਹੈਗੀ ਹੈ ਧਨਾਡਾਂ ਦੀ, ਗੱਲ ਹੈਗੀ ਹੈ ਸਰਮਾਏਦਾਰੀ ਦੀ, ਸਾਰੀ ਖੇਡ ਸੱਤਾ ਅਤੇ ਧਨ ਦੀ ਬਣ ਕੇ ਰਹਿ ਗਈ ਹੈ। ਅਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਡੀ ਸਿਆਸਤ ਹੈ ਉਹਦੇ ਵਿੱਚ ਸੱਖਣਾਪਣ ਹੈ ਵਿਚਾਰਾਂ ਦਾ, ਕੋਈ ਵਿਚਾਰਧਾਰਾ ਨਹੀਂ। ਅਸੀਂ ਵੇਖਿਆ ਕਿ ਕਿਵੇਂ ਦਲ ਵੀ ਬਦਲੇ ਗਏ, ਅਤੇ ਅਸੀਂ ਵੇਖਿਆ ਕਿ ਕਿਵੇਂ ਧਰੁਵੀਕਰਨ ਵੀ ਹੋਇਆ, ਜ਼ਾਤ ਪਾਤ ਦੀ ਰਾਜਨੀਤੀ ਵੀ ਹੋਈ, ਵੰਡੀਆਂ ਵੀ ਪਾਈਆਂ ਗਈਆਂ। ਇਹ ਸਿਆਸੀ ਆਗੂ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੇ ਨੇ, ਇਹਨਾਂ ਦਾ ਕਿਰਦਾਰ ਬਿਲਕੁਲ ਸਾਡੇ ਸਾਹਮਣੇ ਖੁੱਲ੍ਹ ਕੇ ਆ ਜਾਂਦਾ। ਅਤੇ ਇਹਨਾਂ ਕੋਲੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਇੱਦਾਂ ਦੀ ਸੱਤਾ ਸਾਨੂੰ ਦੇਣਗੇ ਜਿਹੜੀ ਬਿਲਕੁਲ ਡੈਮੋਕ੍ਰੈਟਿਕ ਹੋਵੇ, ਕਿਉਂਕਿ ਗੱਲਾਂ ਤਾਂ ਬਹੁਤ ਵਧੀਆ ਕਰਦੇ ਨੇ, ਗੱਲਾਂ ਤਾਂ ਬਹੁਤ ਸੋਹਣੀਆਂ ਕਰਦੇ ਨੇ, ਪਰ ਕੰਮ ਉਨੇ ਸੋਹਣੇ ਨਹੀਂ। ਅਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਇੱਦਾਂ ਦੀ ਸਰਕਾਰ ਬਣਾ ਸਕਦੇ ਨੇ ਜਿਹੜੀ ਵਾਕਈ ਲੋਕਾਂ ਦਾ ਭਲਾ ਕਰ ਸਕੇ, ਜਿਹੜੀ ਵਾਕਈ ਲੋਕਤੰਤਰ ਦੇ ਉੱਤੇ ਅਤੇ ਸੰਵਿਧਾਨ ਦੇ ਉੱਤੇ ਆਧਾਰਿਤ ਹੋਵੇ। ਡੈਮੋਕਰੇਸੀ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਆ ਲੋਕਾਂ ਦੀ ਹੁੰਦੀ ਆ, ਲੋਕਾਂ ਵੱਲੋਂ ਬਣਾਈ ਗਈ ਹੁੰਦੀ ਆ, ਔਰ ਲੋਕਾਂ ਦੇ ਸਾਰੇ ਕੰਮਕਾਰ ਕਰਨ ਲਈ ਹੀ ਹੁੰਦੀ ਆ, ਔਰ ਜਿੱਥੇ ਲੋਕ ਜਾਗਰੂਕ ਹੋ ਜਾਣ, ਜਿੱਥੇ ਲੋਕ ਅਵੇਅਰ ਹੋ ਜਾਣ। ਮੈਂ ਅੱਗੇ ਅਰਜ਼ ਕੀਤਾ ਕਿ ਇੱਕ ਬੜਾ ਸੌਖਾ ਹੁੰਦਾ ਕਹਿ ਦੇਣਾ ਕਿ ਸਿਸਟਮ ਹੀ ਕਰਪਟ ਹੈਗਾ, ਪੋਲੀਟੀਸ਼ੀਅਨ ਹੀ ਕਰਪਟ ਹੈਗੇ, ਨੋ ਡਾਊਟ ਹੈਗੇ ਨੇ, ਪਰ ਜੇ ਉਹ ਕਰਪਟ ਹੈਗੇ ਨੇ ਤੇ ਉਸ ਤੋਂ ਬਾਅਦ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ, ਸਾਡੇ ਤੇ ਕੀ ਸਾਡੀਆਂ ਡਿਊਟੀਜ਼ ਲਾਜ਼ਮ ਹੈਗੀਆਂ ਕਿ ਨਹੀਂ ਹੈਗੀਆਂ। ਜਿੱਥੇ ਦੇਸ਼ ਵਾਸੀਆਂ ਕੋਲ ਫੰਡਾਮੈਂਟਲ ਰਾਈਟਸ ਹੈਗੇ ਆ, ਉੱਥੇ ਦੇਸ਼ ਵਾਸੀਆਂ ਕੋਲ ਫੰਡਾਮੈਂਟਲ ਡਿਊਟੀਜ਼ ਤੇ ਵੀ ਕਈ ਫਰਜ਼ ਹੈਗੇ, ਉਹ ਫਰਜ਼ਾਂ ਦਾ ਨਿਰਵਾਹ ਕਿਵੇਂ ਕਰਨਾ ਹੈਗਾ ਸੱਚਾਈ ਦੇ ਨਾਲ, ਅੱਛੀ ਨੀਅਤ ਦੇ ਨਾਲ, ਉਹ ਵੀ ਬੜਾ ਜ਼ਰੂਰੀ ਹੈਗਾ। ਸਾਨੂੰ ਜਾਗਰੂਕਤਾ ਦੇ ਨਾਲ ਆਪਣੇ ਫਰਜ਼ ਨੂੰ ਲਾਜ਼ਮ ਤੌਰ ਦੇ ਉੱਤੇ ਉਹਨਾਂ ਦੀ ਅਮਲ ਦਰਾਮਦ ਕਰਨੀ ਚਾਹੀਦੀ ਹੈ, ਨਿਭਾਉਣਾ ਚਾਹੀਦਾ। ਉਹ ਜਿੱਥੇ ਤੱਕ ਲਈ ਰਾਜਨੀਤਿਕ ਲੀਡਰਾਂ ਦੀ ਗੱਲ, ਜਦੋਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੁੰਦਾ, ਵੱਡੇ ਲੈਵਲ ਤੇ ਪੈਸਾ ਚੱਲਦਾ, ਵੱਡੇ ਲੈਵਲ ਤੇ ਸ਼ਰਾਬ ਚੱਲਦੀ ਆ, ਨਸ਼ੇ ਚੱਲਦੇ ਆ, ਆਟਾ ਦਾਲ ਚੱਲਦੀ ਹੈਗੀ ਆ, ਲੋਕਾਂ ਨੂੰ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਭਰਮਾ ਲਿਆ ਜਾਂਦਾ, ਲੋਕਾਂ ਨੂੰ ਬਹੁਤ ਪੈਸੇ ਦੇ ਕੇ 5 ਸਾਲ ਲਈ ਖਰੀਦ ਲਿਆ ਜਾਂਦਾ, ਤੇ ਉਹ ਜਿਹੜਾ ਜਦੋਂ ਇਨਵਾਇਰਮੈਂਟ ਇੱਦਾਂ ਦਾ ਹੋਏਗਾ, ਸਾਡੇ ਲੋਕਾਂ ਦੇ ਅਮਲ ਜਿਹੜੇ ਇਹੋ ਜਿਹੇ ਹੋਣਗੇ, ਆਮ ਲੋਕ ਜਿਹੜੇ ਕਈ ਗੁੱਟਬਾਜ਼ੀਆਂ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਇਹ ਦੇਖਿਆ ਕਿ ਲੋਕ ਕਹਿੰਦੇ ਆ ਜੀ ਫਲਾਣੇ ਨੂੰ ਜੇ ਅੱਛੇ ਬੰਦੇ ਨੂੰ ਅਸੀਂ ਵੋਟ ਕਰਾਂਗੇ ਤੇ ਕੱਲ੍ਹ ਨੂੰ ਸਾਡੇ ਗਲਤ ਕੰਮਾਂ ਦੇ ਵਿੱਚ ਉਹਨੇ ਸਾਥ ਨਹੀਂ ਦੇਣਾ, ਔਰ ਸਾਡੇ ਵਾਸਤੇ ਗਲਤ ਕੰਮਾਂ ਵਾਸਤੇ, ਸ਼ਰਾਬ ਛਡਾਉਣ ਵਾਸਤੇ, ਲੜਾਈ ਝਗੜੇ ਵਾਸਤੇ, ਜਾਂ ਇੱਦਾਂ ਦੀਆਂ ਗੱਲਾਂ ਵਾਸਤੇ ਫਿਰ ਉਹ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਸਾਡੀ ਸਪੋਰਟ ਨਹੀਂ ਕਰੇਗਾ। ਲੋਕ ਦੀ ਗੱਲ ਕਰਨ, ਲੋਕ ਹਿੱਤਾਂ ਦੀ ਗੱਲ ਕਰਨ, ਲੋਕ ਸਰਵਪਰੀ ਵਿਕਾਸ ਦੀ ਗੱਲ ਕਰਨ, ਲੋਕ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਸੁਖਾਲਾ ਹੋ ਸਕਦਾ, ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਦਾ ਜਿਹੜਾ ਅੱਛਾ ਬਣ ਸਕਦਾ, ਜੋ ਕਿ ਪਿਛਲੇ ਸਮੇਂ ਤੋਂ ਮੈਂ ਬੜੀ ਕੀਨਲੀ ਅਬਜ਼ਰਵ ਕੀਤਾ ਕਿ ਲੋਕ ਅੱਜ ਦੇ ਸਵਾਲ ਪੁੱਛਣਾ ਸ਼ੁਰੂ ਹੋ ਗਏ ਰਾਜਨੀਤਿਕ ਲੋਕਾਂ ਕੋਲੋਂ। ਲੋਕਾਂ ਨੇ ਬਹੁਤ ਵੱਡੇ ਵੱਡੇ ਲੀਡਰਾਂ ਕੋਲੋਂ ਬੇਝਿਜਕ ਬੜੇ ਵੱਡੇ ਵੱਡੇ ਸਵਾਲ ਕੀਤੇ, ਔਰ ਜਿਹੜੇ ਕਰਪਟ ਲੀਡਰ ਹੈਗੇ ਉਹਨਾਂ ਨੂੰ ਪਬਲਿਕਲੀ, ਬਹੁਤ ਸਾਰੀ ਮੀਡੀਆ ਖ਼ਬਰਾਂ ਵੀ ਇਹੋ ਜਿਹੀਆਂ ਆਈਆਂ ਕਿ ਲੋਕਾਂ ਨੇ ਉਹਨਾਂ ਨੂੰ ਭਜਾਇਆ, ਲੋਕਾਂ ਨੇ ਆਪਣੇ ਲੋਕਾਂ ਦੇ ਵਿੱਚ ਉਹਨਾਂ ਦੀ ਮਨਾਹੀ ਕੀਤੀ, ਪਿੰਡਾਂ ਦੇ ਵਿੱਚ ਵੜਨ ਤੋਂ ਉਹਨਾਂ ਦੀ ਮਨਾਹੀ ਕੀਤੀ। ਸੋ ਲੋਕ, ਸੰਜੀਵ ਜੀ, ਅੱਜ ਦੇ ਸਮੇਂ ਵਿੱਚ ਜਿਹੜੀ ਮੈਨੂੰ ਨਜ਼ਰ ਆ ਰਹੀ ਸੀ ਕਿ ਲੋਕਾਂ ਦੇ ਅੰਦਰ ਵੀ ਕੁਝ ਕਮੀ ਹੈਗੀ ਹੈ, ਤੇ ਲੋਕ ਵੀ ਪਰ ਅੱਜ ਦੇ ਜਾਗਰੂਕ ਹੋ ਗਏ, ਲੋਕ ਵੀ ਇੱਦਾਂ ਦੇ ਲੀਡਰਾਂ ਕੋਲੋਂ ਸਵਾਲ ਪੁੱਛਣਾ ਸ਼ੁਰੂ ਕਰ ਗਏ, ਲੋਕਾਂ ਨੇ ਵੀ ਇੱਦਾਂ ਦੇ ਲੀਡਰਾਂ ਕੋਲੋਂ ਜਵਾਬਦੇਹੀਆਂ ਮੰਗਣੀਆਂ ਸ਼ੁਰੂ ਕਰ ਲਈਆਂ, ਔਰ ਲੀਡਰਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸਾਨੂੰ ਅਕਾਊਂਟੇਬਿਲਿਟੀ ਹੁਣ ਜਿਹੜੀ ਆ ਰੱਖਣੀ ਪੈਣੀ ਆ, ਲੋਕਾਂ ਪ੍ਰਤੀ ਜਵਾਬਦੇਹੀ ਰੱਖਣੀ ਪੈਣੀ ਆ। ਜੇ ਅਸੀਂ ਫੀਲਡ ਦੇ ਵਿੱਚ ਜਾਣਾ, ਜੇ ਅਸੀਂ ਗਾਂਹ ਕਦੀ ਇਲੈਕਸ਼ਨ ਜਿੱਤਣੀ ਹੈਗੀ ਹੈ, ਜੇ ਚੋਣਾਂ ਜਿੱਤਣੀਆਂ ਹੈਗੀਆਂ, ਤੇ ਸਾਨੂੰ ਲੋਕਾਂ ਦੀ ਸੁਣਵਾਈ ਕਰਨੀ ਪੈਣੀ ਆ। ਅੱਜ RTI ਦਾ ਯੁੱਗ ਹੈਗਾ, ਰਾਈਟ ਟੂ ਇਨਫੋਰਮੇਸ਼ਨ ਦਾ ਯੁੱਗ ਹੈਗਾ, ਲੋਕਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਖਾਮੀ ਕਮੀ ਲੱਗਦੀ ਆ ਪਬਲਿਕ ਵਰਕਸ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ, ਮੀਡੀਆ ਦਾ ਸਹਾਰਾ ਲੈਣਾ ਚਾਹੀਦਾ, RTI ਇਨਫੋਰਮੇਸ਼ਨ ਲੈਣੀ ਚਾਹੀਦੀ ਆ, ਕਰਪਸ਼ਨ ਨੂੰ ਉਜਾਗਰ ਕਰਨਾ ਚਾਹੀਦਾ, ਲੋਕਾਂ ਨੂੰ ਵੀ ਅਵੇਅਰਨੈਸ ਜਿਹੜੀ ਇਸ ਚੀਜ਼ ਦੀ ਰੱਖਣੀ ਚਾਹੀਦੀ ਆ, ਤਾਂ ਕਿ ਇੱਦਾਂ ਦੀ ਟੇਢੀ ਪੂਛ ਵਾਲੇ ਲੀਡਰਾਂ ਨੂੰ, ਇੱਦਾਂ ਦੇ ਕਰਪਟ ਲੀਡਰਾਂ ਨੂੰ ਉਹ ਕਿਸ ਤਰ੍ਹਾਂ ਰੋਕਿਆ ਜਾਵੇ, ਕਿਸ ਤਰ੍ਹਾਂ ਉਹਨਾਂ ਨੂੰ ਸਿਸਟਮ ਦੇ ਵਿੱਚੋਂ ਬਾਹਰ ਕੀਤਾ ਜਾ ਸਕੇ, ਸਾਡਾ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਦਾ ਭਵਿੱਖ ਸੁਖਾਲਾ ਹੋ ਸਕੇ, ਅੱਛਾ ਬਣ ਸਕੇ। ਪਰ ਪੰਜਾਬ ਜਿਹੜਾ ਇਸ ਤੇ ਬਹੁਤ ਵੱਡੇ ਮਾਫੀਆਸ ਦੇ ਅੰਡਰ ਮੇਰਾ ਖਿਆਲ ਮੁਲਬਤਾ ਹੋ ਗਿਆ, ਸੋ ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਪੰਜਾਬ ਨੂੰ ਕੱਢਣਾ, ਰੇਤ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਔਰ ਟਰਾਂਸਪੋਰਟ ਮਾਫੀਆ, ਕੋਈ ਵੀ ਮਾਫੀਆ ਦਾ ਨਾਮ ਲੈ ਲਓ, ਸਾਰੇ ਮਾਫੀਆ ਪੰਜਾਬ ਦੇ ਵਿੱਚ ਅੱਜ ਬੜੇ ਵੱਡੇ ਲੈਵਲ ਤੇ ਗਿਆ। ਸਾਡੇ ਜਿਹੜੇ ਕਰੰਟ ਚੀਫ ਮਿਨਿਸਟਰ ਜਿਹੜੇ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਦੇਖੋ ਭਤੀਜੇ ਦੇ ਉੱਤੇ ਕਿੰਨੀ ਵੱਡੀ
माइनिंग इशूज जी रकम बरामद हुई अजे तक जेल है गया। और पुराने मिनिस्टर राणा गुरजीत होना भी इदा के चार्जिस लगे। सो ऑल इन ऑल तुम देखो कि जो लीडर जेडे आप ही फिर वार्ड खाण लग जाएंगे तो फिर इदा का ही हालात पंजाब का होना। पंजाब का पानी का पद्धर बहुत नीवा चले गया। पंजाब का जी एजुकेशन हैगी हालात जोड़े बहुत इस वे क्रिटिकल स्टेज पर है। पंजाब का हैल्थ सिस्टम जरा लगभग जरा मैं समय से डिमोलिश हो गया। लोगों को उन्नी सिविल सुविधाव जड़िया नहीं मिल पा रही। हर चीज़ की महंगाई पंजाब के बड़ी सरमौर तरीके बढ़ रही है। और सो इन सारिया गलों के संजीव जी साढ़े पबलिक के जनरल पबलिक के जोड़े अमल है वो अच्छे होने चाहिए। हूँ सानू साढ़े को समा नहीं है एक्सपैरीमेंट कर सू आप जागरूक होकर अवेयर होकर चंगिया नीतों के नाल चंगी इच्छावान के नाल समाज के अगे बढ़ना चाहिए। और देखो असं इन्नी गल करते हैं इन्नी डिस्कशन करते हैं तुहाडे प्लेटफॉर्म राही भी बड़ा लोगों को तुसीं भी बड़ा अवेयर किया लोगों को वोटिंग करने लिया वो तो वोटा पाने लिया। वो कहते हैं ना कि बैड ऑफिशियल इज इलेक्टेड बाय द परसन हू डज नॉट वोट। जिहड़ा बंदा वोट ही नहीं पाता वो फिर उस गल जिम्मेवार हुंदा जे माड़े व्यक्ति अगे आउंदे आ। तो इस बार पंजाब की सारी राजनीतिक सनैरियो दे विच इस इलेक्शन दे विच पोल्स दे विच पंजाब दे विच वोटिंग परसेंटेज बहुत घटी। और अमृतसर दे विच जे असीं गल करिए अटारी दा एक बूथ हैगा मेरा ख्याल है 132 नंबर बूथ होएगा जिथे कोई एक सिंगल वोट भी पोल नहीं हुई। तो इस करके जो लोगों नू ए वोटिंग सिस्टम दा राइट जिहड़ा मुहैया हैगा तो लोग फिर बैठ के घरां दे विच गल्लां ते करदे ने कि आ नहीं चाहिए सानू आ चाहिए सानू बदलाव चाहिए लीडर करप्ट है अफसर करप्ट है जर्नलिस्ट करप्ट है चैनल करप्ट है फलाना करप्ट है। पर जो उन्हां दी वारी आउंदी है अपने हक नूं इस्तेमाल करके अपनी आवाज बुलंद करन दी जिहड़ा सानूं लोकतंत्र ने डेमोक्रेसी ने एक रस्ता दिता कि असीं चंगे कैंडीडेट नूं चुन लईए तो फिर उदों ही घरों ना निकलना उन्हां लोकां दा यह बड़ी शर्मनाक गल हैगी है। बड़ी शर्मिंदगी का बायस सानूं पंजाब दे विच इस वारी भी होना पिया। लोकां दा इंटरस्ट जिहड़ा वोटां दे विच कटना पर डिमांड्स बड़ियां हाई रखनियां एक्सपैक्टेशन बड़ी हाई रखनी है। ये फिर दोनों के सू तालमेल बिठा चाहिए जी। असं आस करते हैं कि साडा भविख सुखाला हो चंगे लीडर हो साडा इलैक्शन कमीशन होर मजबूत हो सू भी जेडे अपने दिते गए अधिकार ड्यूटी है उन्होंने बड़ी पुरजोर तरीके दिलों अच्छी नीयत निभा चाहिए जी। पवन जी कहते हैं कि जिदा के लोग होदा की सरकार बन जाती है तो तुसी ये गल बिल्कुल ठीक कही है कि हुण सियासी आगुआं नूं सारी सियासत लोगों के मुताबिक करनी पैनी है क्योंकि लोग अगों सवाल पुछते हैं तो लोग चाहते की ने। आ देखो सानू इदां दा MLA चाहिए जिहड़े साढ़े गलत कामां दे विच साथ दे। तुसी ये गल खुद बयान की कितने मान लो ट्रैफिक लाइट तो फड़े गए तो पुलिस वाले ने पूछा हैलमेट क्यों नहीं पाई थैरो भाजी नाल गल करवाना। आ भाजी गल करियो जरा भाजी भी अगों हाँ भाई की गल है मुंडे ने साढ़े कोई नहीं जान दो। हुण MLA इस काम दे विच साथ देंदा इहोजा सियासी आगू चाहिए कि असी हैलमेट नहीं पाई साढ़े कोल कागज़ पत्र पूरे नहीं उन्हां कम्मां दे विच साडा साथ दे। मान लो साडी कितें लड़ाई हो गई पुलिस थाने जाना तो MLA साढ़े नाल जावे भावें साढ़े मुंडे का कसूर है पर उत्ते परचा नहीं होण देना भाजी बचा के कढ़ लो इहनूं ठीक है जी कढ़ लैंदे आ तां उत्थों बचा के लै आया। इहो जिहे कम्मां वास्ते सानूं MLA चाहीदा। लोक आप किद्दां दे ने ते किद्दां दीआं करतूतां करदे ने ते किद्दां दी डिमांड करदे ने आप गलत करतूतां करदे ने तो चाहते हैं कि MLA बिल्कुल पाक साफ हो फिर कि बंदा तो MLA चाहिए जोड़ा गलत कामों के साथ दे। लोगों का भी कसूर है इतने सियासतदान का कसूर नहीं है। हूँ लोगों की जी असी गल करिए असी पवन जी अपना पिछोकड़ देखिए इतिहास देखिए गुरुआ पीर की साड़ी धरती गुरु साहबान हमेशा अणख वास्ते खड़े रहे साढ़े सामने साढ़े चार साहबजाद की उदाहरण है अणख वास्ते खड़े रहे अज पंजाबियों की अणख कितने चली गई। पवन जी देखो तुसी ए भी बड़ी रेलिवेंट और पर्टिनेंट गल की हैगी आ। पंजाब दे लोग बड़े सूरमे और बहादुर अज भी हैगे आ। पुराने समय दे उत्तों पंजाब दी असीं हिस्ट्री देखदे आं ते उह एक तुसी समझ लो कि अपने ही देश दी नहीं पूरे वर्ल्ड दी सुरक्षा करन वाले लोग जिहड़े आ पंजाबी लोग जिन्हां देशो दुनिया दे विच देश दे हर कोने दे विच दुनिया दे हर कोने दे विच अपनी मेहनत सदका अपने जोर सदका अपनी सोच दे सदका और अपनी नीयत दे सदका जिहड़ा ओवरऑल ग्लोबली जिहड़ा नाम अपना बुलंद किया रोशन किया। पर अज के समय के फिर मैं उही अर्ज कर रहा हाँ कि बहुत सारे प्रोपेगेंडाज बहुत सारे कुछ माड़े कालिया भेडा राजनीतिक भेडा जिहड़ियां पंजाब नूं बदनाम करन वास्ते और पंजाब के सारे सिस्टम नूं हालातों नूं खराब करन वास्ते चाहे उन्हां दे विच एजेंसीज का रोल होवे
चाहे पोलिटिकल मंशा होवे। और उस तो अगली गल भी मैं करा कि पंजाब नू खा लिया ड्रग्स ने, पंजाब नू खा लिया डूंघे पानिया ने, जिहड़ी पंजाब दी पानी जिहड़े आ दिनों दिन नीवे हुंदे जा रहे आ, और आने वाले समय दे विच पंजाब रेगिस्तान का रूप ना किते धारण कर जाए। सो इदां दीआं गल्लां ने साडे पंजाब नू खा लिया, साडे पंजाब नू ब्रेन ड्रेन ने खा लिया। अज पंजाब दे विच नवां जिहड़ी पीढ़ी हैगी आ, यूथ हैगा, उह पंजाब दे विच अपने मां बाप दे नाल रहना ही नहीं चाहुंदा, उह अपने मां बाप नू छड्ड के विदेशां नू भजदे जा रहे आ। अज पंजाब दीआं जे इलाकियां दे विच पार्क्स दे विच चले जाओ, पार्कां दे विच चले जाओ, तुहानू बजुर्ग दी तादाद जारी दिखेगी। यूथ पंजाब दे विचों खाली हो गया, ब्रेन ड्रेन हो गया, जिहड़े लोकां दे घर सुन्ने हो गए, परिवार सुन्ने हो गए, लोक हत्थां ते जमीनां लई फिरदे ने वेचण नू, ते अज पंजाब दे विच वेचण वाले नहीं हैगे। पर ऑल एंड ऑल जे असीं इह सिचुएशन देखी आ, इहदे लई जिम्मेवारी जिहड़ी आ उह राजनीतिक लोकां दी बणदी हैगी आ, सरकारां दी बणदी हैगी आ कि पंजाब दे विच लोकां नू रुजगार मुहैया नहीं कराया गया, इंप्लॉयमेंट के कोई मौके नहीं है, लोगों को कारोबार करने लिए सेफ्टी एंड सिक्योरिटी नहीं हैगी, लॉ एंड ऑर्डर नहीं है। अज पंजाब दे विच जे कोई सड़क पर जा रहा मोबाइल फोन सुन रहा हों तो उसका मोबाइल स्नैच कर लिया जाता, जे कोई गोल्ड की चेन पाई होंगी है तो वो जी चेन उसकी खिंची जाती है, उसको सट लाई जाती है, जे कोई महिला जा रही होंगी ईवटीजिंग होंगी है, उन्हें लुट खो होंगी है। सो लॉ एंड ऑर्डर का इशू पंजाब दे विच बड़ा वड्डा इस वेले मसला बनया है, ड्रग्स का मुद्दा बड़ा वड्डा मसला बनया है पंजाब दे विच, फाके चाके नाके और डाके और धमाके ही रह गए हैं। सो इस करके एक ही बड़े बेसिक कारण और बुनियादी कारण है कि पंजाब का यूथ जिहड़ा पंजाब नू छड्ड के अज विदेशां वल भज रहा, जो कि दुखे समय का दुखान हैगा। मेरी अपील है पंजाब दे वासियां नू, यूथ नू और नवी पीढ़ी नू कि सानू अपने माता पिता का साथ देना चाहिए, सानू किसी भी हालात दे विच अपने परिवार नू छड्डना नहीं चाहिए। बहुत सारिया चंगीआं सोचां दी मेहनत दे नाल बहुत सारे काम इत्थे भी कीते जा सकदे आ, पर जिन्हों का कितने गुजारा नहीं वो तो जरूर जान, पर जिहड़े लोग बेचारे सब कुछ हुंदिया भी अपने माँ बाप नूं इत्थे कल्लिआं छड्ड के ते उन्हां दे मगर उन्हां नूं दवाई लैण वास्ते भी कोई नहीं हुंदा, कोई इदां दे हालात बना के सारे पंजाब दे लोकां दा जिहड़ा जोश और ताकत हुंदी सी, सोच हुंदी सी, नजरिया हुंदा सी, उहनूं मिट्टी विच रोल के जिहड़ा पंजाब नूं अज खोखला कर दित्ता। सो इह गल बड़ी भयानक हैगी आ पंजाब दे आउण वाले समें लई, पाणी जहरीले, खाणा पीणा फास्ट फूड, पंजाब दे विच घरां दे विच जवान बच्चे विदेशां नूं भजणे, और आपसी परिवारां दा तालमेल जो जिस गल लई पंजाब जाणिया जांदा सी घर दे खाणे लई, बहुत खूबसूरत दी गल होवे, चाहे घिओ दी गल होवे, चाहे शक्कर दी गल होवे, चाहे मिठे पाणी दी गल होवे, साफ सुथरे पाणी दी गल होवे, खेतां नूं जिहड़ा उह स्वर्ग दस्सिया जांदा सी, अज उह सारे माहौल ते उह खतम कर दित्ते गए, हर पासे जहर ही जहर पंजाब दे विच फैलदा जा रिहा। सो इस करके लोकां नूं बड़े इस गल जागरूक होना चाहिए, और सियासी जिहड़ी शख्सियत है पोलिटिकल पार्टीज भी है उन्होंने वास्ते बड़ा वड्डा शर्मिंदगी का बायस है ये मुद्दा। सो इस करके जे ये मुद्दों नूं एड्रेस ना किया गया, लोगों को चंगी सरकार डिलीवर ना की गई, तो फिर जेडे आ मैं पक्की इस गल दे मैं मोहर ला रहा है कि लीडर नूं फिर आने वाले समय के भजन रस्ता नहीं लभना। जी पवन जी, असीं परमात्मा अगे अरदास करते हैं कि सुखावां समां आवे पंजाब वास्ते, पंजाब दे लोकां वास्ते। तुहाडा बहुत बहुत शुक्रिया कि तुसी साडे दर्शकां नाल अपनी खोज, अपने विचार सांझे कीते, थैंक यू वेरी मच सर। ते असी उम्मीद करदे हां कि 10 मार्च नूं अजिहा नतीजा आएगा जिहड़ा वाकई पंजाब दे विच एक बहुत खूबसूरत, बहुत वधिया सरकार बनाएगा, ते इस सारे सियासी आगू सानू एक वधिया पंजाब वल लैके जाणगे। सानू खुशी हुंदी है कि तुसी पंजाब चर्चा का हिस्सा बनते हो। होर अपडेट्स के लिए वेखते रहो पंजाब मेल USA TV। सत श्री अकाल जी।